ਇਹ ਜਿਹੜਾ 85 acres ਜ਼ਮੀਨ ਆ ਰੋਪੜ ਦੇ ਰੋਪੜ ਬਲਾਕ ਦਾ ਪਿੰਡ ਆ ਹਿਰਦੇਪੁਰ ਅਤੇ ਉੱਥੋਂ ਦੀ ਹਰਨਾਮਪੁਰ ਪੰਚਾਇਤ ਹੈ ਸਾਡੀ। ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ ਸਪੁੱਰਦ ਕਰਦੀ ਆ, ਪਿੰਡ ਦੀ ਪੰਚਾਇਤ ਦੇ ਸਪੁੱਰਦ ਕਰਦੀ ਆ। ਆ ਹੁਣ ਅਸੀਂ ਡੇਰਾ ਬੱਸੀ ਜ਼ਮੀਨ ਜਿਹੜੀ ਛਡਾਈ ਸੀ ਪਿੱਛੇ ਜੇ 100 acres ਦੇ ਕਰੀਬ ਸੀ, ਉਹ ਵੀ ਜ਼ਮੀਨ ਘੱਟ ਤੋਂ ਘੱਟ 5-7 crore ਨੂੰ ਕਿੱਲੇ ਵਾਲੀ ਸੀ ਅਤੇ ਅੱਜ ਜਿਹੜੀ ਹੁਣ ਆਹ ਆਪਣੀ ਜ਼ਮੀਨ ਆ ਇਹ ਵੀ ਘੱਟ ਤੋਂ ਘੱਟ 1 crore rupees ਦਾ ਕਿੱਲਾ ਘੱਟ ਤੋਂ ਘੱਟ। ਲਾਗੇ ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ ਅਤੇ ਇੱਥੇ ਵੱਡੇ ਵੱਡੇ ਫਾਰਮ ਹਾਊਸਾਂ ਨਾਲ ਦੇ ਪਿੰਡ 'ਚ ਹੀ ਵੱਡੇ ਵੱਡੇ ਲੋਕਾਂ ਨੇ, ਅਫਸਰਾਂ ਨੇ, ਤਕੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ। ਅਤੇ ਇਹ ਵੀ ਜ਼ਮੀਨ ਜਿਹੜੀ ਆ ਘੱਟ ਤੋਂ ਘੱਟ 100 crore ਦੀ ਕੀਮਤ ਵਾਲੀ ਜ਼ਮੀਨ ਹੈ, ਇਹ 85 acres ਜਿਹਦਾ ਅੱਜ ਆਪਾਂ ਦਖਲ ਲਿਆ। ਇਸੇ ਤਰ੍ਹਾਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਹਾਂ। ਨਹੀਂ ਤਾਂ ਪਹਿਲੀਆਂ ਸਰਕਾਰਾਂ 'ਚ ਆਪਾਂ ਵੇਖਦੇ ਰਹੇ ਹਾਂ ਜੇ ਕੋਈ ਮੁਹਿੰਮ ਚੱਲਣੀ ਤਾਂ ਮੁਹਿੰਮ ਦੇ ਵਿੱਚ ਜੇ ਕੋਈ 200-400-500 acres ਦਾ ਕਿਤੇ ਦਖਲ ਲੈਣਾ 5 years ਦੇ ਵਿੱਚ ਤਾਂ ਉਹਦੇ ਨਾਲ ਡਬਲ ਆਪਦੇ ਸਾਥੀਆਂ ਨੂੰ ਝੇਤਿਆਂ ਨੂੰ ਕਬਜ਼ੇ ਕਰਾ ਦੇਣ। ਆਮ ਆਦਮੀ ਪਾਰਟੀ ਦੀ ਸਰਕਾਰ ਬਣਤੇ ਨਾ ਤਾਂ ਕੋਈ ਸਾਡਾ ਭੱਗੀ ਸਾਥੀ ਅਤੇ ਨਾ ਕੋਈ ਸਾਡਾ ਲੀਡਰ ਅਤੇ ਨਾ ਕੋਈ ਸਾਡਾ ਵਰਕਰ, ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕੋਈ ਉਂਗਲ ਉਠਾਵੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ 'ਤੇ, ਸ਼ਾਮ ਲਾਲ ਜ਼ਮੀਨ 'ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਵੇ। ਅਤੇ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਉਹ ਜਲਦ ਤੋਂ ਜਲਦ ਅਸੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਇਨਕਮ ਵਧੇ, ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ ਹੋ ਸਕੇ। ਅਤੇ ਹੁਣ ਸਾਡੀ ਸਰਕਾਰ ਦੇ ਵਿੱਚ ਨਾ ਤਾਂ ਸਾਡਾ ਕੋਈ MLA, ਨਾ ਸਾਡਾ ਕੋਈ ਮੰਤਰੀ ਅਤੇ ਨਾ ਕੋਈ ਸਾਡਾ ਵਰਕਰ ਕਿਸੇ ਦੀ ਸਪੋਰਟ ਨਹੀਂ ਕਰਦਾ। ਅਤੇ ਆਉਣ ਵਾਲੇ ਸਮੇਂ 'ਚ ਭਾਵੇਂ ਕੋਈ ਜਿੱਡਾ ਮਰਜ਼ੀ ਵੱਡਾ ਪੋਲੀਟੀਸ਼ੀਅਨ ਹੋਵੇ, ਤਗੜਾ ਰਸੂਖਦਾਰ ਬੰਦਾ ਹੋਵੇ, ਜਿਹਦੇ ਕੋਲ ਵੀ ਸਾਡੀ ਪੰਚਾਇਤੀ ਸ਼ਾਮ ਲਾਟ ਆਬਾਦੀ ਦੇ ਪੰਚਾਇਤ ਦੀ ਕੋਈ ਵੀ ਜ਼ਮੀਨ ਹੋ ਉਹਦਾ ਅਸੀਂ ਦਖਲ ਲਵਾਂਗੇ ਅਤੇ ਪੰਜਾਬ ਸਰਕਾਰ ਦੇ ਅਧੀਨ ਲੈ। ਉੱਥੋਂ ਦੀ ਹਰਨਾਮਪੁਰ ਪੰਚਾਇਤ ਹੈ ਸਾਡੀ, ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ ਸਪੁੱਰਦ ਕਰਦੀ ਆ, ਪਿੰਡ ਦੀ ਪੰਚਾਇਤ ਦੇ ਸਪੁੱਰਦ ਕਰਦੀ ਆ ਅਤੇ ਇਹਦੀ ਖੁੱਲ੍ਹੀ ਬੋਲੀ ਰੱਖੀ ਜਾਊਗੀ। ਅਤੇ ਨਾਲ ਹੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਇਹ ਨਸੀਹਤ ਵੀ ਕਰਦੀ ਆ, BDO ਨੂੰ, DDPO ਸਾਹਿਬ ਨੂੰ, ADC ਸਾਹਿਬ ਨੂੰ, ਸਾਡੇ ਜੁਆਇੰਟ ਡਾਇਰੈਕਟਰ ਨੇ ਅਤੇ ਸਾਰੇ ਅਫਸਰਾਂ ਨੂੰ ਨਾਲ ਨਸੀਹਤ ਆ ਕਿ ਜਿਹੜੇ ਬੰਦਿਆਂ ਦਾ ਇਹਦੇ 'ਤੇ ਕਬਜ਼ਾ ਉਹਨਾਂ ਬੰਦਿਆਂ ਨੂੰ ਬੋਲੀ 'ਚ ਵੀ ਨਹੀਂ ਸ਼ਾਮਿਲ ਹੋਣ ਦੇਣਾ। ਜਿਹੜੇ ਹੋਰ ਸਾਡੇ ਭਰਾ ਨੇ ਪਿੰਡ ਦੇ ਜਾਂ ਆਸੇ ਪਾਸੇ ਦੇ ਆ ਕੇ ਇੱਥੇ ਬੋਲੀ ਦੇਣ ਅਤੇ ਬੋਲੀ ਦੇ ਚੁਕੌਤੇ 'ਤੇ ਜ਼ਮੀਨ ਲੈਣ। ਇਹ ਜ਼ਮੀਨਾਂ ਨਾਲ ਮੈਂ ਇਹ ਵੀ ਦੱਸਦਾ ਆਪਦੇ ਭਰਾਵਾਂ ਨੂੰ, ਪਿੰਡਾਂ ਵਾਲਿਆਂ ਨੂੰ ਕਿ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਜੇ ਕੋਈ ਭਾਵੇਂ ਜਿੱਦਾਂ ਮਰਜ਼ੀ ਤਗੜਾ ਬੰਦਾ ਆ ਜਾਂ ਕੋਈ ਪੋਲੀਟੀਸ਼ੀਅਨ ਆ, ਇੱਕ ਬੰਦੇ ਨੇ ਕਬਜ਼ਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਹੈ, ਸਾਰਿਆਂ ਨੂੰ ਅੱਗੇ ਆ ਕੇ ਆਪਦੇ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਉਹ ਛਡਾ ਕੇ ਪੰਚਾਇਤ ਦੀ ਆਮਦਨ ਵਧਾਉਣੀ ਚਾਹੀਦੀ ਆ। ਜਿਵੇਂ ਹੁਣ 85 acres ਜ਼ਮੀਨ ਆ ਸਾਡੀ, ਬੜੀ ਉਪਜਾਊ ਜ਼ਮੀਨ ਹੈ ਅਤੇ 85 acres ਜੇ ਚੁਕੌਤੇ 'ਤੇ ਚੜ੍ਹਦੀ ਆ, ਹਿਰਦੇਪੁਰ ਜਿਹੜੀ ਪੰਚਾਇਤ ਆ, ਹਰਨਾਮਪੁਰ ਪੰਚਾਇਤ ਆ, ਇਹਨੂੰ ਤਾਂ ਲੋੜ ਹੀ ਨਹੀਂ ਕਿਸੇ ਸਰਕਾਰੀ ਫੰਡ ਦੀ। ਇਹਨਾਂ ਪੈਸਿਆਂ ਨਾਲ ਹੀ ਇਹਨਾਂ ਦੋਵਾਂ ਜਿਹੜੇ ਪਿੰਡ ਇਹਦਾ ਵਿਕਾਸ ਹੋ ਸਕਦਾ ਆ, ਸੜਕਾਂ ਚੰਗੀਆਂ ਬਣ ਜਾਣਗੀਆਂ, ਚੰਗੇ ਸਕੂਲ ਦੀ ਬਿਲਡਿੰਗ ਬਣ ਜੂਗੀ, ਜੇ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਦੀ ਬਿਲਡਿੰਗ ਚੰਗੀ ਬਣ ਜੂਗੀ। ਅਤੇ ਇਹਦੇ ਚਾਹੀਦਾ ਲੋਕਾਂ ਨੂੰ ਆਪ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਜ਼ਮੀਨਾਂ ਛੁੱਟਣ। ਮੰਤਰੀ ਸਾਹਿਬ, ਜਿਹੜੀਆਂ ਹੁਣ ਤੱਕ ਜ਼ਮੀਨਾਂ ਤੁਸੀਂ ਛਡਾ ਚੁੱਕੇ ਹੋ ਉਹਨਾਂ ਦਾ ਕੀ ਸਟੇਟਸ ਆ, ਕਿੰਨੇ ਕੁ ਇਨਕਮ ਜਿਹੜੀ ਆ ਉਹ ਜ਼ਮੀਨਾਂ ਤੋਂ ਹੁਣ ਤੱਕ ਜਿਹੜੀ ਆ ਆਈ ਹੈ ਪੰਜਾਬ ਸਰਕਾਰ? ਦੇਖੋ, ਜਿਹੜੀਆਂ ਚੁਕੌਤੇ 'ਤੇ ਜ਼ਮੀਨਾਂ ਚੜ੍ਹੀਆਂ ਘੱਟ ਤੋਂ ਘੱਟ 10-12 crore ਜਿਹੜੀ ਇਨਕਮ
ਸਾਡੀ ਜਿਹੜੀ ਠੇਕੇ ਤੇ ਚੜੀ ਜ਼ਮੀਨ ਉਹਦੇ ਤੋਂ ਵੱਧ ਗਈ ਆ, ਤੇ ਕਈ ਇਹੋ ਜਿਹੀਆਂ ਕਮਰਸ਼ੀਅਲ ਜ਼ਮੀਨਾਂ ਜਿਹੜਾ ਇੱਕ ਇੱਕ ਏਕੜ ਦਾ ਜਿਹੜਾ ਪੰਜ ਪੰਜ ਸੱਤ ਸੱਤ ਕਰੋੜ ਰੁਪਇਆ ਵੀ ਰੇਟ ਆ। ਹੁਣ ਅਸੀਂ ਡੇਰਾ ਬਸੀ ਜ਼ਮੀਨ ਜਿਹੜੀ ਛਡਾਈ ਸੀ ਪਿੱਛੇ ਜੇ 100 ਏਕੜ ਦੇ ਕਰੀਬ ਸੀ, ਉਹ ਵੀ ਜ਼ਮੀਨ ਘੱਟ ਤੋਂ ਘੱਟ 5-7 ਕਰੋੜ ਨੂੰ ਕਿੱਲੇ ਵਾਲੀ ਸੀ, ਤੇ ਅੱਜ ਜਿਹੜੀ ਹੁਣ ਆਹ ਆਪਣੀ ਜ਼ਮੀਨ ਆ ਇਹ ਵੀ ਘੱਟ ਤੋਂ ਘੱਟ 1 ਕਰੋੜ ਰੁਪਈਏ ਦਾ ਕਿੱਲਾ ਘੱਟ ਤੋਂ ਘੱਟ ਲਾਗੇ। ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ, ਤੇ ਇੱਥੇ ਵੱਡੇ ਵੱਡੇ ਫਾਰਮ ਹਾਊਸਾਂ ਨਾਲ ਦੇ ਪਿੰਡ 'ਚ ਹੀ ਵੱਡੇ ਵੱਡੇ ਲੋਕਾਂ ਨੇ, ਅਫਸਰਾਂ ਨੇ, ਤਗੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ, ਤੇ ਇਹ ਵੀ ਜ਼ਮੀਨ ਜਿਹੜੀ ਆ ਘੱਟ ਤੋਂ ਘੱਟ 100 ਕਰੋੜ ਦੀ ਕੀਮਤ ਵਾਲੀ ਜ਼ਮੀਨ ਹੈ, ਇਹ 85 ਏਕੜ ਜਿਹਦਾ ਅੱਜ ਆਪਾਂ ਦਖਲ ਲਿਆ। ਇਸੇ ਤਰ੍ਹਾਂ ਵੱਡੀ ਗੱਲ ਤੇ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਹਾਂ, ਨਹੀਂ ਤਾਂ ਪਹਿਲੀਆਂ ਸਰਕਾਰਾਂ 'ਚ ਆਪਾਂ ਵੇਂਦੇ ਰਹੇ ਹਾਂ। ਜੇ ਕੋਈ ਮੁਹਿੰਮ ਚੱਲਣੀ ਤੇ ਮੁਹਿੰਮ ਦੇ ਵਿੱਚ ਜੇ ਕੋਈ 200-400-500 ਕਿੱਲੇ ਦਾ ਕਿਤੇ ਦਖਲ ਲੈਣਾ 5 ਸਾਲਾਂ ਦੇ ਵਿੱਚ, ਤੇ ਉਹਦੇ ਨਾਲ ਡਬਲ ਆਪਦੇ ਸਾਥੀਆਂ ਨੂੰ ਝੇਤਿਆਂ ਨੂੰ ਕਬਜ਼ੇ ਕਰਾ ਦੇਣ। ਆਮ ਆਦਮੀ ਪਾਰਟੀ ਦੀ ਸਰਕਾਰ ਬਣਤੇ ਨਾ ਤੇ ਕੋਈ ਸਾਡਾ ਸਾਥੀ ਸਾਥੀ ਤੇ ਨਾ ਕੋਈ ਸਾਡਾ ਲੀਡਰ ਤੇ ਨਾ ਕੋਈ ਸਾਡਾ ਵਰਕਰ, ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦਾ ਕੋਈ ਉਂਗਲ ਉਠਾਵੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ ਤੇ, ਸ਼ਾਮ ਲਾਲ ਜ਼ਮੀਨ ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ। ਤੇ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਉਹ ਜਲਦ ਤੋਂ ਜਲਦ ਅਸੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ, ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਇਨਕਮ ਵਧੇ, ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ ਹੋ ਸਕੇ। ਮਤਲਬ ਸਾਹਿਬ ਇਸ ਜ਼ਮੀਨ ਦੇ ਵਿੱਚ ਕਿਸੇ ਪੋਲੀਟੀਕਲ ਕੋਈ ਦਖਲਅੰਦਾਜ਼ੀ ਕੋਈ ਹੋਵੇ ਜਾਂ ਕਿਸੇ ਦਾ ਹੋਰ ਦਾ ਕਬਜ਼ਾ ਨਾਮ ਚੁੱਕੀਦਾ ਹੋਵੇ? ਉਹ ਤਾਂ ਨਹੀਂ ਹੈ ਕੋਈ ਇੰਦਾ। ਦੇਖੋ ਜਿਹੜੇ ਪਿਛਲੀਆਂ ਸਰਕਾਰਾਂ ਤੇ ਪੋਲੀਟੀਕਲ ਬੰਦਿਆਂ ਦੀ ਜਿਹੜੀ ਆ ਪ੍ਰਸਤੀ ਰਹੀ ਆ, ਇਹਨਾਂ ਦੇ ਉੱਤੇ ਸ਼ਹਿ ਵੀ ਰਹੀ ਆ, ਪੋਲੀਟੀਕਲ ਬੰਦਿਆਂ ਨੇ ਹੀ ਇਹ ਕਬਜ਼ੇ ਕਰਾਏ ਆ ਆਪਦੇ ਸੰਗੀਆਂ ਸਾਥੀਆਂ ਨੂੰ ਜਾਂ ਇੰਡਸਟਰੀਅਲ ਜਿਹੜੇ ਸਨ ਉਹਨਾਂ ਲੋਕਾਂ ਨੂੰ। ਤੇ ਹੁਣ ਸਾਡੀ ਸਰਕਾਰ ਦੇ ਵਿੱਚ ਨਾ ਤੇ ਸਾਡਾ ਕੋਈ MLA, ਨਾ ਸਾਡਾ ਕੋਈ ਮੰਤਰੀ ਤੇ ਨਾ ਕੋਈ ਸਾਡਾ ਵਰਕਰ ਕਿਸੇ ਦੀ ਸਪੋਰਟ ਨਹੀਂ ਕਰਦਾ। ਤੇ ਆਉਣ ਵਾਲੇ ਸਮੇਂ 'ਚ ਭਾਵੇਂ ਕੋਈ ਜਿੱਡਾ ਮਰਜ਼ੀ ਵੱਡਾ ਪੋਲੀਟੀਸ਼ੀਅਨ ਹੋਵੇ, ਤਗੜਾ ਰਸੂਖਦਾਰ ਬੰਦਾ ਹੋਵੇ, ਜਿਹਦੇ ਕੋਲ ਵੀ ਸਾਡੀ ਪੰਚਾਇਤੀ ਸ਼ਾਮਲਾਟ ਆਬਾਦੀ ਤੇ ਪੰਚਾਇਤੀ ਕੋਈ ਵੀ ਜ਼ਮੀਨ ਹੋ ਉਹਦਾ ਅਸੀਂ ਦਖਲ ਲਵਾਂਗੇ ਤੇ ਪੰਜਾਬ ਸਰਕਾਰ ਦੇ ਅਧੀਨ ਲੱਗਿਆ। ਮੰਤਰੀ ਸਾਹਿਬ ਘਿਓਲੀ ਗਾੜੀਆਂ ਦੇ ਕੋਲ ਕਾਂਗਰਸ ਦੇ ਨਾਲ ਸਮਝੌਤੇ ਦੀਆਂ 2014 ਦੀਆਂ ਗੱਲਾਂ ਚੱਲ ਰਹੀਆਂ ਜੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਜੀ? ਦੇਖੋ ਜਿਹੜਾ ਇਹ ਸਮਝੌਤਾ ਆ ਇਹ ਤੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕਨਵੀਨਰ ਨੇ, ਸਰਦਾਰ ਭਗਵੰਤ ਸਿੰਘ ਮਾਨ ਜੋ ਸਾਨੂੰ ਹੁਕਮ ਲਾਉਣਗੇ ਸਾਡੇ ਲੀਡਰ, ਅਸੀਂ ਉਹਨਾਂ ਦੇ ਹੁਕਮ ਤੇ ਪਹਿਰਾ ਦੇਵਾਂਗੇ। ਪਾਰਟੀ ਦੇ ਵਫ਼ਾਦਾਰ ਸਿਪਾਹੀ ਆ, ਜੋ ਸਾਨੂੰ ਹੁਕਮ ਲੱਗੂਗਾ ਉਹਦੇ ਅਨੁਸਾਰ ਅਸੀਂ ਚੱਲਾਂਗੇ।